ਮੈਨੂੰ ਕੋਈ ਲੱਭ ਜਾਵੇ ਕੋਈ ਚੰਗਾ ਜਿਹਾ ਬੰਦਾ ਲੱਭ ਜਾਵੇ ਸਾਡੇ ਕੋਈ 24-25 ਸਾਲ ਦਾ ਹੋਵੇ 24-25 ਸਾਲ ਕਿਉਂ ਹਾਲ ਤੇ ਮੈਂ ਬਾਅਦ ਹੀ ਚੋ ਦੱਸਾਂਗੀ ਤੈਨੂੰ ਪਹਿਲੇ ਦੱਸ ਮੈਂ ਤੈਨੂੰ ਮਾਂ ਜੀ ਨਜ਼ਰਾਨੀ ਨਹੀਂ ਨਿਕਲ ਗਿਆ ਫਲੋ ਮੀ ਨਿਕਲ ਗਿਆ ਜਿਸ ਨੇ ਖੁੱਟੇ ਨੇ ਬੁਲਾਇਆ ਸੀ ਉਹਨੇ ਤੇ ਬੜਾ ਜ਼ੁਲਮ ਕਰ ਛੜਿਆ ਮੇਰੇ ਨਾਲ ਫੋਨ ਤੇ ਗੱਲ ਹੋਈ ਨਾ ਤੇ ਇੱਥੇ ਆਈ ਤੇ ਇੱਥੇ ਆ ਕੇ ਕਹਿੰਦਾ ਕਿ ਮਾਂ ਜੀ ਤੁਹਾਡੀ ਧੀ ਕਿੱਥੇ ਜਿਹਨੇ ਸ਼ਾਦੀ ਕਰ ਮਾਂ ਜੀ ਉਹਨੂੰ ਮੈਂ ਫਿਰ ਲੱਤ ਮਾਰੀ ਮੈਂ ਕਿਹਾ ਚੱਲ ਨਿਕਲ ਜਾ ਇੱਥੋਂ ਚੱਲ ਨਿਕਲ ਆਈ ਤੇ ਮੈਂ ਜ਼ਰੂਰ ਕੱਲੀ ਆ ਮਗਰ ਮੈਂ ਜਾਣਾ ਨਹੀਂ ਚਾਹੁੰਦੀ ਕੱਲੀ ਸਭ ਕੁਝ ਉਹਦੇ ਨਾਲ ਆ ਦੇਵਾਂਗੀ ਮੈਨੂੰ ਕੁਝ ਨਹੀਂ ਚਾਹੀਦਾ ਆਪਣੀ ਫੈਮਿਲੀ ਵੀ ਬਣਾਵਾਂਗੀ ਨਾ ਇੱਕ ਧੀ ਹੋ ਜਾਏ ਇੱਕ ਪੁੱਤਰ ਹੋ ਜਾਏ ਛੋਟੀ ਜਿਹੀ ਫੈਮਿਲੀ ਬਣਾਵਾਂਗੀ ਮੈਂ ਕੀ ਮੈਂ ਬੱਚੇ ਨਹੀਂ ਪੈਦਾ ਕਰ ਸਕਦੀ ਬਿਸਮਿਲ੍ਲਾਹਿ ਰਹਿਮਾਨ ਰਹੀਮ ਸ਼ੁਰੂ ਕਰਦੀ ਹਾਂ ਉਸ ਅੱਲਾਹ ਕੇ ਪਾਕ ਨਾਮ ਸੇ ਜੋ ਬੜਾ ਮਿਹਰਬਾਨ ਔਰ ਨਿਹਾਇਤ ਰਹਿਮ ਕਰਨੇ ਵਾਲਾ ਹੈ ਬੇਸ਼ੱਕ ਅਸਲਾਮੁ ਅਲੈਕੁਮ ਨਾਜ਼ਰੀਨ ਮੈਂ ਹੂੰ ਮਾਰੀਆ ਔਰ ਆਪ ਦੇਖ ਰਹੇ ਹੈਂ ਹਮਾਰਾ ਯੂਟਿਊਬ ਚੈਨਲ ਇਸ ਵਕਤ ਮੇਰੇ ਸਾਥ ਮਾਂ ਜੀ ਮੌਜੂਦ ਹੈ ਮੈਂ ਇਹਨੇ ਮਾਂ ਜੀ ਕਹੂੰ ਬਾਜੀ ਕਹੂੰ ਆਪ ਹੀ ਕਹੂੰ ਜਾਂ ਮਿਸ ਕਹੂੰ ਮੁਝੇ ਖੁਦ ਹੀ ਸਮਝ ਆ ਰਿਹਾ ਕਿ ਕਹੀਂ ਮੁਝੇ ਥੱਪੜ ਨਾ ਲਗਾ ਦੀ ਕਿ ਮੈਂ ਤੈਨੂੰ ਮਾਂ ਜੀ ਨਜ਼ਰ ਆਉਂਦੀ ਹੈ ਕਿਉਂਕਿ ਜਬ ਮੈਂ ਇਨਸੇ ਬਾਤ ਕੀ ਮੇਰੇ ਮੂੰਹ ਸੇ ਐਸੇ ਨਿਕਲ ਗਿਆ ਤਾਂ ਮੈਨੇ ਇਨਕਾ ਦੇਖਾ ਇੱਕ ਐਕਸਪ੍ਰੈਸ਼ਨ ਦੇਖੇ ਗੁੱਸਾ ਖੈਰ ਉਹਨਾਂ ਨੇ ਮੇਰੇ ਕਹਾ ਤਾਂ ਨਹੀਂ ਲੇਕਿਨ ਮੈਨੇ ਇਨਕੀ ਐਕਸਪ੍ਰੈਸ਼ਨ ਦੇਖੇ ਔਰ ਇਹ ਦਿਲਚਸਪ ਸਟੋਰੀ ਇਹ ਹੈ ਕਿ ਅਭੀ ਤੱਕ ਇਹ ਸਿੰਗਲ ਹੈ ਲੇਕਿਨ ਇਨਕੀ ਕਿਆ ਖਵਾਹਿਸ਼ ਹੈ ਇਹ ਹਮਾਰੇ ਚੈਨਲ ਕੇ ਥਰੂ ਬਤਾਏਗੀ ਹਮ ਸੇ ਬਾਤ ਕਰਤੇ ਔਰ ਮਜ਼ੇ ਮਜ਼ੇ ਕੇ ਸਵਾਲਾਤ ਪੁੱਛਤੇ ਹੈ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਕੈਸੀ ਹੈ ਮਾਂ ਜੀ ਆਪ ਮੈਂ ਤੈਨੂੰ ਮਾਂ ਜੀ ਨਜ਼ਰ ਆਨੀ ਆ ਨਹੀਂ ਨਹੀਂ ਹਾਲ ਤੇ ਮੈਂ ਬਾਅਦ ਵਿੱਚੋਂ ਦੱਸਾਂਗੀ ਤੈਨੂੰ ਪਹਿਲੇ ਦੱਸ ਮੈਂ ਤੈਨੂੰ ਮਾਂ ਜੀ ਨਜ਼ਰ ਆਨੀ ਆ ਫਲੋ ਮੀ ਨਿਕਲ ਗਿਆ ਫਲੋ ਮੀ ਨਿਕਲ ਗਿਆ ਮਾਂ ਜੀ ਨਹੀਂ ਨਜ਼ਰ ਆਤੀ ਆ ਮੁਝੇ ਚਲੋ ਠੀਕ ਹੈ ਮੁਝੇ ਬਤਾਏ ਆਪ ਕੀ ਏਜ ਕਿਤਨੀ ਆਪ ਕੀ ਇਹ ਕੋਈ 30-35 ਹੋਏਗੀ ਕਦੀ ਹਿਸਾਬ ਹੀ ਨਹੀਂ ਲਾਇਆ 30-35 ਬਸ ਕਰੀਬ ਨੇੜੇ ਨੇੜੇ ਹੀ ਹੋਏਗੀ ਬਸ ਹਾਂਜੀ ਹਾਂ ਨੇੜੇ ਨੇੜੇ ਚਲੋ ਨੇੜੇ ਨੇੜੇ ਸਹੀ ਮੁਝੇ ਬਤਾਏ ਕਹਾਂ ਸੇ ਹੈ ਆਪ ਫੈਸਲਾਬਾਦ ਤੋਂ ਆਈ ਹਾਂ ਫੈਸਲਾਬਾਦ ਕਹਾਂ ਸੇ ਹੈ ਪਿੰਡ ਹੈਗਾ ਚੱਕ ਕੋਈ ਤੂੰ ਤੈਨੂੰ ਕੀ ਦੱਸਾਂ ਹੁਣ ਤੂੰ ਲਾਹੌਰ ਦੀ ਹੈ ਤੈਨੂੰ ਕੀ ਦੱਸਾਂ ਤੈਨੂੰ ਕੀ ਪਤਾ ਪਿੰਡ ਫੈਸਲਾਬਾਦ ਤੋਂ ਚੱਕ ਤੋਂ ਆਈ ਹਾਂ ਫੈਸਲਾਬਾਦ ਚੱਕ ਹੈਗਾ ਉੱਥੋਂ ਆਈ ਹਾਂ ਅੱਛਾ ਯਹਾਂ ਕੀ ਕਰਨੇ ਆਈ ਹੈ ਵਿਆਹ ਕਰਨ ਆਈ ਹੈ ਓ ਨੋ शादी करने की हमारी अभी हुई कहां है हम तो अभी तक सिंगल ही आहो जी आहो 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 तो फिर यहाँ पर कैसे आई कैसे आना हुआ बस ਆਈ ਤੇ ਅੱਜ ਹੀ ਸਵੇਰੇ ਹੁਣੀ ਪਹੁੰਚੀਆਂ ਇੱਥੇ ਲਾਰੀ ਅੱਡੇ ਆਈ ਇੱਥੇ ਬੈਠੀ ਸਾਲੇ ਜਿਸ ਨੇ ਖੁੱਟੇ ਨੇ ਬੁਲਾਇਆ ਸੀ ਉਹਨੇ ਤੇ ਬੜਾ ਜ਼ੁਲਮ ਕਰ ਛੜਿਆ ਮੇਰੇ ਨਾਲ ਉਹਨੇ ਫੋਨ ਦਿੱਤੇ ਜ਼ੁਲਮ ਮੈਂ ਕੀਤਾ ਕਿ ਫੋਨ ਦੇ ਉੱਤੇ ਇੰਨੀਆਂ ਸੋਹਣੀਆਂ ਸੋਹਣੀਆਂ ਗੱਲਾਂ ਕਰਦੇ ਰਹੇ ਵੀ ਨੰਬਰ ਮਿਲ ਗਿਆ ਤੇ ਗੱਲਬਾਤ ਹੁੰਦੀ ਰਹੀ ਹੈ ਤੇ ਮੇਰੇ ਵੀ ਅਰਮਾਨ ਜਾਗੇ ਮੈਂ ਕਿਹਾ ਚਲੋ ਮੇਰੀ ਵੀ ਹੁਣ ਉਮਰ ਹੈ ਵਿਆਹ ਕਰਨ ਦੀ ਮੈਂ ਵੀ ਕਰ ਲਵਾਂ ਆਪਣੀਆਂ ਜ਼ਿੰਮੇਦਾਰੀਆਂ ਦੇ ਵਿੱਚ ਸਭ ਕੁਝ ਭੁੱਲ ਗਈ ਸਾਂ ਤੇ ਹੁਣ ਮੈਨੂੰ ਯਾਦ ਆਇਆ ਕਿ ਹੁਣ ਮੇਰਾ ਵੀ ਘਰ ਵਸਣਾ ਚਾਹੀਦਾ ਤੇ ਮੈਂ ਆਪਣਾ ਘਰ ਵਸਾਉਣ ਆਈ ਹਾਂ ਕਹਾਂ ਹੈ ਉਹ ਉਹ ਫੋਨ ਤੇ ਗੱਲ ਹੋਈ ਨਾ ਤੇ ਇੱਥੇ ਆਈ ਆ ਤੇ ਇੱਥੇ ਆ ਕੇ ਕਹਿੰਦਾ ਕਿ ਮਾਂ ਜੀ ਤੁਹਾਡੀ ਧੀ ਕਿੱਥੇ ਜਿਹਨੇ ਸ਼ਾਦੀ ਕਰ ਵੇਖੋ ਭਲਾ ਗੱਲ ਕਰਨ ਵਾਲੀ ਮੈਂ ਉਹਨੂੰ ਮਾਂ ਜੀ ਨਜ਼ਰ ਆਨੀ ਆ ਤੂੰ ਦੱਸ ਮੈਂ ਤੈਨੂੰ ਮਾਂ ਜੀ ਨਜ਼ਰ ਆਨੀ ਲੱਗਦੀ ਕਹਾਂ ਸੇ ਮਾਂ ਜੀ ਆਪ ਨਜ਼ਰ ਆਤੀ ਇਤਨੀ ਸਮਾਰਟ ਬਿਊਟੀਫੁਲ ਜੀ ਕੋਈ ਫਰਕ ਖਾਸ ਕੀ ਹੈਗਾ ਹੀ ਨਹੀਂ ਤੁਸੀਂ ਤੇ ਬਲਕਿ ਹਜੇ 16 ਦੇ ਹੋਏ ਹੋ ਇਤਨੀ ਪਿਆਰੀ ਤੁਹਾਡੀ ਗਲੋਇੰਗ ਸਕਿਨ ਹੈਗੀ ਹੈ ਕੋਈ ਰਿੰਕਲਸ ਨਹੀਂ ਕੋਈ ਕੁਛ ਨਹੀਂ ਹਜੇ ਮੇਰੇ ਤੇ ਫਿਰ ਵੀ ਦੇਖੋ ਉਮਰ ਦਾ ਤਕਾਜ਼ਾ ਹੈਗਾ ਜੁਰੀਆਂ ਛੁਰੀਆਂ ਆ ਰਹੀਆਂ ਤੁਸੀਂ ਤੇ ਇੰਨੇ ਕੇ ਸਮਾਰਟ ਜੇ ਹੋਗੇ ਜੀ ਚਿੱਟਾ ਜਿਹਾ ਕਰਨੀ ਪੈਂਦੀ ਹੈ ਨਾ ਫਿਰ ਕਰਨੀ ਪੈਂਦੀ ਥੋੜ੍ਹੇ ਬਹੁਤੇ ਸੰਭਾਲਣਾ ਪੈਂਦਾ ਆਪਣੇ ਆਪ ਨੂੰ ਹਾਂ ਕਰਨਾ ਪੈਂਦਾ ਦੁਨੀਆ ਬੜੀ ਜ਼ਾਲਮ ਹੈ ਫਿਰ ਅਬ ਕੀ ਕਰੇਂਗੀ ਹੁਣ ਹੈ ਕਿ ਉਹ ਕਹਿੰਦਾ ਮਾਂ ਜੀ ਉਹਨੂੰ ਮੈਂ ਫਿਰ ਲੱਤ ਮਾਰੀ ਮੈਂ ਕਿਹਾ ਚੱਲ ਨਿਕਲ ਜਾ ਇੱਥੋਂ ਚੱਲ ਜਿੱਥੋਂ ਆਇਆ ਹਾਂ ਲੱਤ ਮਾਰੀ ਮੈਂ ਉਹਨੂੰ ਕਿਹਾ ਚੱਲ ਜਾ ਨਿਕਲ ਇੱਥੋਂ ਜਾ ਲੱਭ ਲਾਂਗੀ ਮੈਂ ਆ ਗਈ ਨਾ ਲਾਹੌਰ ਪਹੁੰਚ ਗਈ ਆ ਨਾ ਮੈਂ ਆਪੇ ਹੀ ਲੱਭ ਲਾਂਗੀ ਹੁਣ ਫਿਰ ਅਬ ਤੇ ਮੇਰੀ ਤੇ ਉਹਨੂੰ ਇਹ ਖਵਾਹਿਸ਼ ਹੈਗੀ ਹੈ ਕਿ ਮੈਨੂੰ ਕੋਈ ਲੱਭ ਜਾਵੇ ਕੋਈ ਚੰਗਾ ਜਿਹਾ ਬੰਦਾ ਲੱਭ ਜਾਵੇ ਸਾਡੇ ਕੋਈ 24-25 ਸਾਲ ਦਾ ਹੋਵੇ 24-25 ਸਾਲ ਕਿਉਂ ਜੇ ਮੈਂ 30 ਦੀ ਹੈਗੀ ਆ 35 ਦੀ ਤੇ ਕੋਈ ਗੱਲ ਨਹੀਂ 24-25 ਦਾ ਆਪ ਕੋਈ ਤਾਂ ਮਿਲੇਗਾ ਮੈਂ ਇਹ ਕਹਿ ਰਹੀ ਹੂੰ 24-25 ਸਾਲ ਦਾ ਇਨਕੋ ਚਾਹੀਏ ਔਰ ਗੋਰਾ ਚਿੱਟਾ ਹੋਵੇ ਕੋਈ ਗੋਰਾ ਚਿੱਟਾ ਹੋਵੇ ਚਲੋ ਕੋਈ ਸਹਿਰਾ ਸੁਰਾ ਕਰਾਵੇ ਕੋਈ ਐਸ ਕਰੀਮ ਕੌਣ ਕੌਣ ਖਵਾ ਦੇਵੇ ਕੋਈ ਲਾਹੌਰ ਦੀ ਕੌਣ ਖਾਣੀ ਹਾਂ ਕੌਣ ਚੋਣ ਕਦੀ ਉਸ ਫੈਸਲਾਬਾਦ ਚ ਕਦੀ ਮਿਲੀ ਨਹੀਂ ਕੋਈ ਸਵਾਦ ਦੀ ਕੋਈ ਕੌਣ ਚੋਣ ਖਾਦੀ ਕਦੀ ਕਿਉਂ ਨਹੀਂ ਮਿਲੀ ਫੈਸਲਾਬਾਦ ਚ ਨਹੀਂ ਬਸ ਉਹ ਬਾਹਰ ਲੱਗੀਆਂ ਨੇ ਉਹ ਜਿਹੜੀਆਂ ਰੇੜੀਆਂ ਤੇ ਲੱਗੀਆਂ ਨੇ ਉਹ ਖਾਣ ਲੀਆਂ ਕੋਈ ਮੈਂ ਕਿਹਾ ਚਲੋ ਲਾਹੌਰ ਜਾ ਕੇ ਖਾਂਦੇ ਹਾਂ ਆਈਸਕ੍ਰੀਮ ਉਹ ਆਈਸਕ੍ਰੀਮ ਐਸੀ ਖਾਣ ਆਇਆ ਸਾਨੂੰ ਤੇ ਬਸ ਮੈਂ ਆਪਕੋ ਖਿਲਾਉਂਗੀ ਆਈਸਕ੍ਰੀਮ ਇਹ ਕੀ ਹੈ ਆਪਕੇ ਹੱਥੋਂ ਮੈਂ ਇਹ ਫੁੱਲ ਲੈ ਕੇ ਆਈ ਸਾਂ ਮੈਂ ਕਿਸ ਕੇ ਲਈ ਜਿਹੜਾ ਸੋਹਣਾ ਕੋਈ ਬਣੇਗਾ ਆਪਣੇ ਦਿਲ ਦਾ ਜਾਨੀ ਉਹਨੂੰ ਦਵਾਂਗੇ ਤੇ ਉਹ ਤੇ ਸਮਝ ਲੈ ਕੇ ਪੁੱਠੀ ਮੂੰਹ ਕਰਕੇ ਚਲਾ ਗਿਆ ਅਸੀਂ ਇੱਥੇ ਬੈਠੇ ਰਹਿ ਗਏ ਤੇ ਕੋਈ ਗੱਲ ਨਹੀਂ ਮੇਰੀ ਖਵਾਹਿਸ਼ ਹੈ ਹੁਣ ਕਿ ਮੈਨੂੰ ਕੋਈ ਲੱਭ ਜਾਵੇ ਕੋਈ ਅੱਛਾ ਆਈ ਤੇ ਮੈਂ ਜ਼ਰੂਰ ਕੱਲੀ ਹਾਂ ਮਗਰ ਮੈਂ ਜਾਣਾ ਨਹੀਂ ਚਾਹੁੰਦੀ ਕੱਲੀ ਸਾਜਨ ਨਾਲ ਜਾਣਾ ਹੈ ਸਾਜਨ ਨਾਲ ਜਾਣਾ ਮੈਂ ਹਾਂਜੀ ਹੋਰ ਕੀ ਖਵਾਹਿਸ਼ ਹੈ ਆਪਕੀ ਹਮੇ ਅਭੀ ਬਤਾ ਦੇ ਸੋਹਣੇ ਸੋਹਣੇ ਕੱਪੜੇ ਮੈਂ ਵੀ ਪਾਏ ਹੋਣ ਕੋਈ ਸੋਹਣਾ ਜਿਹਾ ਉਹ ਵੀ ਪੈਂਟ ਸ਼ਰਟ ਪਾਵੇ ਤੇ ਨਾਲ ਸੱਜੇ ਮੇਰੇ ਨਾਲ ਟੁਰਦਾ ਹੋਇਆ ਸੋਹਣਾ ਲੱਗੇ
ਕਿਤੇ ਜਾਈਏ ਆਏ ਆਏ ਮੋਟਰਸਾਈਕਲ ਤੇ ਬਿਠਾਵੇ ਮੈਨੂੰ ਨਾਲ ਮੈਂ ਵੀ ਫੜ ਕੇ ਬਵਾਂ ਜਿਵੇਂ ਕੁੜੀਆਂ ਬੈਂਦੀਆਂ ਨੇ ਹਾਂ ਮੇਰੀਆਂ ਵੀ ਖੁਆਇਸ਼ਾਂ ਨੇ ਛੋਟੀਆਂ ਛੋਟੀਆਂ ਨੋਟੀ ਨੋਟੀ ਸੀ ਖੁਆਇਸ਼ੇ ਇਨ ਕੀ ਦੇਖ ਲਿਆ ਦਿਲ ਤੇ ਜਵਾਨ ਹੈ ਨਾ ਮੈਨੇ ਕਬ ਕਹਾ ਹੈ ਕਿ ਆਪ ਬੂੜੀ ਹੈ ਮੈਂ ਕਹਿ ਦੀ ਨੋਟੀ ਨੋਟੀ ਸੀ ਖੁਆਇਸ਼ੇ ਹੈ ਆਪਕੀ ਜ਼ਿੰਮੇਦਾਰੀਆਂ ਇੰਨੀਆਂ ਸਨ ਕਿ ਆਪਣੇ ਆਪ ਨੂੰ ਹੀ ਭੁੱਲ ਗਈ ਅੱਛਾ ਹੱਕ ਮਹਿਰ ਮੈਂ ਕਿਆ ਚਾਹੀਏ ਮੈਨੂੰ ਕੁਛ ਨਹੀਂ ਚਾਹੀਦਾ ਲੈ ਭਲਾ ਮੈਨੂੰ ਕਿਉਂ ਹਾਂ ਹਾਏ ਮੈਨੂੰ ਕਾਹ ਤੋਂ ਮੇਰੇ ਕੋਲ ਸਭ ਕੁਛ ਅੱਲਾ ਦਾ ਦਿੱਤਾ ਪੰਜ ਮਰਲੇ ਦੀ ਐਡੀ ਵੱਡੀ ਕੋਠੀ ਹੈ ਪਿੰਡ ਦੇ ਵਿੱਚ ਪੰਜ ਮਰਲੇ ਦੀ ਕੋਠੀ ਹੈ ਐਡੀ ਵੱਡੀ ਕੋਠੀ ਹੈ ਫਿਰ ਉਹ ਟਰੈਕਟਰ ਮੇਰਾ ਆਪਣਾ ਮੇਰਾ ਰਕਸ਼ਾ ਕੁੱਕੜੀਆਂ ਰੱਖੀਆਂ ਹੋਈਆਂ ਨੇ ਮਾਲ ਡੰਗਰ ਹੈ ਚੂਚੇ ਵੇ ਹੈ ਮੁਰਗੀਆਂ ਸਾਰਾ ਕੁਛ ਹੀ ਨੇ ਬੱਕਰੀਆਂ ਬੁੱਕਰੀਆਂ ਹਰ ਸ਼ੈ ਨੇ ਕਨਵੀਨਸ ਕੇ ਲਈ ਕਿਆ ਲੈ ਐਡਾ ਵੱਡਾ ਟਰੈਕਟਰ ਖੜਾ ਬੂਹੇ ਦੇ ਅੱਗੇ ਹਲੇ ਵੀ ਕਨਵੀਨਸ ਚਾਹੀਦੀ ਹੈ ਲੈ ਇਹਨੂੰ ਕਨਵੀਨਸ ਨਹੀਂ ਕਹਿੰਦੇ ਕਿਹਨੂੰ ਕਨਵੀਨਸ ਕਹਿੰਦੇ ਕਨਵੀਨਸ ਕਹਤੇ ਹੈ ਮਾਂ ਜੀ ਸਾਡੇ ਪਿੰਡ ਦੇ ਜੀ ਦੇ ਕੋਲ ਟਰੈਕਟਰ ਹੈ ਉਹ ਤੇ ਸਮਝ ਲੈ ਕੇ ਬਸ ਉਹ ਮਾਲਦਾਰ ਹੀ ਬੜਾ ਅੱਛਾ ਜੀ ਟਰੈਕਟਰ ਹੈ ਇਨਕੇ ਪਾਸ ਵੀਗੋ ਡਾਲੇ ਪੇ ਨਾ ਰਹੇ ਆ ਸਭ ਕੁਝ ਉਹਦੇ ਨਾਲ ਆ ਦੇਾਂਗੀ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਬਸ ਸੋਹਣਾ ਜਿਹਾ ਮੁੰਡਾ ਚਾਹੀਦਾ ਹੈ ਹੋਰ ਕੀ ਚਾਹੀਦਾ ਆਪਣੀ ਫੈਮਿਲੀ ਵੀ ਬਣਾਵਾਂਗੀ ਨਾ ਕੀ ਫੈਮਿਲੀ ਬਣਾਈਏ ਇੱਕ ਧੀ ਹੋ ਜੇ ਇੱਕ ਪੁੱਤਰ ਹੋ ਜੇ ਛੋਟੀ ਜੀ ਫੈਮਿਲੀ ਬਣਾਵਾਂਗੀ ਮੈਂ ਕੀ ਮੈਂ ਬੱਚੇ ਨਹੀਂ ਪੈਦਾ ਕਰ ਸਕਦੀ ਇਸ ਟਾਈਮ इनकी शादी होगी इनको 24-25 साल का लड़का मिलेगा गोरा चिट्टा हैंडसम इनको 24-25 साल का लड़का मिलेगा चिट्टा गोरा देखिए मैं हंस नहीं रही और ये बच्चे पैदा करेंगी इतने प्यारे प्यारे से और ये बच्चे पैदा कर तेन भी बुलावांगी टेंशन ना ले सालगिरह ते बुलाओगे चल जब तो पैदा होएगा जिस दिन अस्पताल च आ जावी सलामी दे हां हमें बुलाएंगे लोर ची पैदा करांगी ठीक है फैसला बात तुसी गवा रही हो हां अब मुझे बताएं आप हमें अपनी शादी पे बुलाएंगे अगर हमने आपकी शादी करवा दी हां क्यों नहीं सब तो पहले तेनु और की फिर किसी और नु इंशाल्लाह इंशाल्लाह फिर ये फूल मुझे दे दे आप चल ले लाओ ਜਿਹੜਾ ਕਰਮਾਂ ਵਾਲਾ ਆਏਗਾ ਨਸੀਬਾਂ ਵਾਲਾ ਜਿਹੜਾ ਮੁਹੱਬਤ ਪਿਆਰ ਲਾ ਉਹਨੂੰ ਉਹਦੇ ਲਈ ਹੋਰ ਦੇਖ ਲਈ ਜੋ ਦੇਖ ਰਹਾ ਹੈ ਜਿਸਨੇ ਇਨਕੋ ਛੋੜਾ ਹੈ ਇਹ ਕਹਾਂ ਸੇ ਮਾਂ ਜੀ ਆਪਕੋ ਨਜ਼ਰ ਆਤੀ ਹੈ ਡੰਗਰ ਤੁਹਾਰੀ ਇਹ ਤੁਹਾਰੀ ਕਿਸਮਤ ਮੇ ਫੂਲ ਹੋਨੇ ਥੇ ਹਾਂਜੀ ਅਬ ਦੇਖੋ ਇਹ ਮੇਰੀ ਕਿਸਮਤ ਮੇ ਕਿਸਮਤ ਕਿਸਮਤ ਕੀ ਬਾਤ ਹੈ ਉਹ ਫੂਲ ਹੈ ਇਹ ਫੂਲ ਹੈ ਉਹ ਫੂਲ ਹੈ ਉਹ ਕੀ ਹੈ ਫੂਲ ਬਲੈਡੀ ਫੂਲ ਉਹ ਕਹਤੀ ਹੂੰ ਬਲੈਡੀ ਫੂਲ ਹੈ ਔਰ ਇਹ ਫੂਲ ਹੈ ਠੀਕ ਹੈ ਆਂਟੀ ਥੋੜੀ ਬਹੁਤੀ ਇੰਗਲਿਸ਼ ਮੰਨੂ ਮੀ ਆਂਟੀ ਥੋੜੀ ਬਹੁਤੀ ਨਹੀਂ ਤੁਹਾਨੂੰ ਸਾਰੀ ਇੰਗਲਿਸ਼ ਆਂਦੀ ਮੈਨੂੰ ਕੁਝ ਨਹੀਂ ਆਂਦੀ ਪਿੰਡ ਦੇ ਸਕੂਲ ਵਿੱਚ ਨਾ 5 ਜਮਾਤਾਂ ਪੜ੍ਹੀਆਂ ਜਮਾਤੇ ਪੜ੍ਹੀ ਹਾਂ ਨਾ ਫਸਟ ਕਲਾਸ ਪੜ੍ਹੀ ਹੋਈ ਆ ਮੈਂ ਆਂਦੀ ਇੰਗਲਿਸ਼ ਆਂਦੀ ਮੈਨੂੰ ਇੰਗਲਿਸ਼ ਨਾਂ ਵੀ ਲਿਖ ਲੈਣੀ ਆ ਮੈਂ ਆਪਣਾ ਅੱਛਾ ਹਾਂਜੀ चले नाजरीन इसके साथ मैं आपको एक आखिरी पैगाम देना चाहूँगी जो भी इन 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 इनके साथ इन परवीन के साथ मिस मैम के साथ शादी करना चाहता है जल्दी जल्दी से मैसेज करें और इनसे शादी करें और 5 मरले की कोठी अपने नाम करवाएं और पूरा ट्रैक्टर है वीगो डाले को भूल जाएं आप ठीक है ना कुकड़ियाँ हैं इनके पास बकरियाँ हैं और अंडे भी देती हैं अंडे भी देती हैं कौन से अंडे देती हैं देसी वाले देसी मुर्गियाँ हैं देसी मुर्गियाँ हैं इनके पास इसके साथ मुझे दीजिए इजाज़त अल्लाह के बाद बाय।